ਬੀਹਾ ਗਰੁੱਪ ਦੇ ਨਾਲ ਅੱਗੇ ਜਾ ਕੇ ਐਫੀਲੀਏਟ ਹੁੰਦੇ ਸਰ ਇਹ ਵਾਲੇ ਜਿਹੜੇ ਤੁਸੀਂ ਪੜ੍ਹੇ ਹੈ ਇਹ ਪਹਿਲਾਂ ਵੀ ਕਿਸੇ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਇਹਨਾਂ ਦੀ ਜਿਹੜੇ ਅੰਕਲ ਦੇ ਬਾਰੇ ਗਈ ਦੇ ਪੰਚਕੂਲਾ ਦੇ ਕਿਸੇ ਨਾਲ ਬਾਰੇ ਇਹਨਾਂ ਤੋਂ ਇਲਾਵਾ ਵੀ ਇਹਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਕਾਫੀ ਐਫ ਆਈ ਆਰਸ ਹੈਗੀ ਹੈ ਉਹ ਅਸੀਂ ਹਰਿਆਣਾ ਪੁਲਿਸ ਨੂੰ ਆਲਰੇਡੀ ਕੰਟੈਕਟ ਕੀਤਾ ਹੋਇਆ ਉਸ ਐਫ ਆਈ ਆਰ ਦੀ ਡਿਟੇਲ ਵੀ ਅਸੀਂ ਲੈ ਰਹੇ ਹਾਂ ਪਰ ਇਹਨਾਂ ਸਾਰਿਆਂ ਦੇ ਉੱਤੇ ਆਲਮੋਸਟ ਸਾਰਿਆਂ ਦੇ ਉੱਤੇ ਹੀ ਪੁਰਾਣੇ ਹਰਿਆਣਾ ਦੇ ਵਿੱਚ ਪਰਚੇ ਹੈਗੇ ਸਰ ਹੁਣ ਤੱਕ ਇਹ ਵੀ ਗੱਲ ਕੋਈ ਸਾਹਮਣੇ ਆਈ ਹੈ ਕਿ ਜਿਹੜੇ ਸਿੰਗਰ ਹੈ ਪੰਜਾਬੀ ਸਿੰਗਰ ਉਹਨਾਂ ਨੂੰ ਵੀ ਸਮਝੀ ਕੋਈ ਕਿਸੇ ਲਾਈਕ ਹੋ ਰਿਹਾ ਹੈ ਇਸ ਗੈਂਗ ਦੇ ਵਿੱਚੋਂ ਹਜੇ ਤੱਕ ਕੋਈ ਫਿਲਹਾਲ ਸਾਹਮਣੇ ਨਹੀਂ ਆਈ ਹੈ ਗੱਲ ਇਹ ਪਰ ਇਹ ਜਿਹੜੇ ਬਿਜ਼ਨਸਮੈਨ ਸੀਗੇ ਜਾਂ ਕਲੱਬਸ ਜਿਹੜੇ ਸੀਗੇ ਉਹਨਾਂ ਤੋਂ ਫਰੋਤੀ ਮੰਗਦੇ ਸੀ ਤਾਂ ਇਹਨਾਂ ਕੋਲ ਜਿਹੜੇ ਵੈਪਨ ਰਿਕਵਰ ਹੋਏ ਆ ਇਹ ਕਿੱਥੋਂ ਲੈ ਕੇ ਆਏ ਸੀ ਉਹ ਅੱਗੇ ਬਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣਾ ਇਹ ਅੱਗੇ ਵੈਪਨ ਯੂਪੀ ਤੋਂ ਲੈ ਕੇ ਆਏ ਸੀਗੇ ਜਿਹੜੇ ਬੰਦਿਆਂ ਤੋਂ ਲੈ ਕੇ ਆਏ ਸੀਗੇ ਉਹ ਵੀ ਸਾਡੇ ਕੋਲ ਆਇਡੈਂਟੀਫਾਈ ਹੋ ਗਏ ਨੇ ਤੇ ਅੱਗੇ ਉਹਨਾਂ ਤੇ ਵੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਸਰ ਇਹ ਹਥਿਆਰ ਵਿਦੇਸ਼ੀ ਸੀ ਜਾਂ ਦੇਸੀ ਬਣੇ ਨਹੀਂ ਲੋਕਲੀ ਵੈਪਨ ਸੀਗੇ किसी ना किसी वारदात दे विच आपस कट्ठे सीगे ਤੇ ਅੱਗੇ ਦੀ ਅੱਗੇ ਇਹਨਾਂ ਦੇ ਫਿਰ ਆਪਣਾ ਜਿਹੜਾ ਸੀਗਾ ਇਹ ਗੈਂਗ ਬਣਾਇਆ ਹੋਇਆ ਸੀ ਜਿਵੇਂ ਕਹਿੰਦੇ ਸਰ ਕਾਲਿੰਗ ਕਰਕੇ ਫਰੋਤੀ ਮੰਗਦੇ ਸੀ ਕਾਲਿੰਗ ਬਾਹਰ ਤੋਂ ਹੁੰਦੀ ਸੀ ਕਾਲਿੰਗ ਬਾਹਰ ਹੁੰਦੀ ਸੀ ਇਹ ਤੋਂ ਨਹੀਂ ਕਰਦੇ ਹਾਂਜੀ ਕਾਲਿੰਗ ਬਾਹਰ ਹੁੰਦੀ ਸੀ ਸਰ ਇਹ ਕਿੰਨੇ ਦਿਨਾਂ ਤੋਂ ਚੱਲ ਰਿਹਾ ਸੀਗਾ ਤੇ ਟਾਰਗੇਟ ਤੇ ਕੌਣ ਕੌਣ ਸੀ ਕਿਉਂਕਿ ਪਿਛਲੇ ਦਿਨਾਂ ਦੇਖਿਆ ਗਿਆ ਪੰਜਾਬ 'ਚ ਕਈ ਅਪਰਾਧੀ ਵੀ ਇਸ ਤਰ੍ਹਾਂ ਦੇ ਐਕਸਟੋਰਸ਼ਨਸ ਕੋਲ ਲਗਾਤਾਰ ਆ ਰਹੀ ਜਿਹੜੇ ਗੈਂਗਸਟਰ ਇਹ ਕਿੰਨੇ ਦਿਨਾਂ ਤੋਂ ਹੀ ਚੱਲ ਰਿਹਾ ਸੀਗਾ ਇਹ ਤਕਰੀਬ 2-3 ਮਹੀਨੇ ਤੋਂ ਐਕਟਿਵ ਸੀਗੇ ਇਹ 'ਚ ਇਹ ਜਿਹੜਾ ਬੰਦਾ ਵਿਕਟਿਮ ਹੈ ਇਹਦੇ ਵਿੱਚ ਇਹ ਧਨਾਸ ਏਰੀਆ ਚੰਡੀਗੜ੍ਹ ਦੇ ਵਿੱਚ ਦਾ ਰਹਿਣ ਵਾਲਾ ਹੈਗਾ ਇਹਨੂੰ ਉੱਥੇ ਥ੍ਰੈਟ ਕਾਲਸ ਵੀ ਪਹਿਲਾਂ ਆਈਆਂ ਸੀਗੀਆਂ ਇਹਦਾ ਜਿਹੜਾ ਵਰਕ ਪਲੇਸ ਹੈਗੀ ਹੈ ਉਹ ਇੱਥੇ ਬਲੌਂਗੀ ਦੇ ਵਿੱਚ ਪੈਂਦੀ ਹੈ ਜਿਹੜਾ ਇਨਸੀਡੈਂਟ ਹੋਇਆ ਸੀ ਇੱਥੇ ਜਿੱਥੇ ਇਹ ਆਪਦਾ ਇਹਦਾ ਸ਼ੋਰੂਮ ਜਾਂ ਸ਼ਾਪ ਹੈਗੀ ਉੱਥੇ ਇਨਸੀਡੈਂਟ ਹੋਇਆ ਸੀ ਇਹ ਚੰਡੀਗੜ੍ਹ ਦੀ ਕੰਪਲੇਂਟ ਦਿੱਤੀ ਸੀ ਇਹੀ ਸੀਗੇ ਜਿਹੜੇ ਇਹਨੂੰ ਬਾਰ-ਬਾਰ ਧਮਕੀਆਂ ਦੇ ਰਹੇ ਇਹੀ ਸੀਗੇ ਜਿਹੜੇ ਧਮਕੀਆਂ ਬਾਹਰੋਂ ਆਉਂਦੀਆਂ ਸੀਗੇ ਪਰ ਬੰਦੇ ਇਹੀ ਇਨਵੋਲਡ ਸੀਗੇ ਜਿਹੜੇ ਉੱਥੇ ਚੰਡੀਗੜ੍ਹ ਵੀ ਸ਼ਾਇਦ ਗੱਡੀ 'ਚ ਗੱਡੀ ਦਾ ਸ਼ੀਸ਼ਾ ਵਗੈਰਾ ਤੋੜ ਕੇ ਗਏ ਸੀ ਇਹੀ ਬੰਦੇ ਇਨਵੋਲਡ ਸੀ ਜਿਹੜੇ ਦੋ ਬੰਦੇ ਸੀਗੇ ਇਹ ਰੈਕੀ ਦੇ ਵਿੱਚ ਇਨਵੋਲਵ ਸੀਗੇ ਜਿਹੜਾ ਮਨੀਸ਼ ਸੈਣੀ ਹੈ ਇਹਨੇ ਚੋਰੀ ਦਾ ਮੋਟਰਸਾਈਕਲ ਪ੍ਰੋਵਾਈਡ ਕਰਾਇਆ ਸੀਗਾ ਜਿਹੜੇ ਬਾਕੀ ਇਹ ਪ੍ਰਵੀਨ ਕੁਮਾਰ ਇਹ ਸਾਰੇ ਪਲੈਨਿੰਗ ਸੀਗੇ ਜਿਹੜਾ ਦਿਕਸ਼ੂ ਹੈ ਦਿਕਸ਼ਾਂਤ ਉਰਫ ਦਿਕਸ਼ੂ ਇਹ ਮੇਨ ਕੋਆਰਡੀਨੇਟਰ ਸੀਗਾ ਜਿਹੜਾ ਬਾਹਰ ਵੀ ਕੋਆਰਡੀਨੇਟ ਕਰਦਾ ਸੀ ਤੇ ਇੱਥੇ ਇਹਨਾਂ ਨਾਲ ਵੀ ਕੋਆਰਡੀਨੇਟ ਕਰਦਾ ਸੀ ਉਹ ਗੌਰਵ ਪਾਸਵਾਨ ਸਰ ਇਹ ਕਿੰਨੇ ਕੁ ਪੈਸਿਆਂ ਲਈ ਕੰਮ ਕਰਦੇ ਸੀ ਕਿੰਨੇ ਕੁ ਪੈਸਿਆਂ ਲਈ ਕੰਮ ਕਰਦੇ ਜਿਵੇਂ ਬਾਹਰੋਂ ਫਰੋਤੀ ਵਾਲਿਆਂ ਕੋਲ ਕਰਦੇ ਸੀ ਇਹਨਾਂ ਨੂੰ ਛੋਟੇ ਛੋਟੇ ਅਮਾਉਂਟ ਬਾਰ-ਬਾਰ ਆਉਂਦੇ ਸੀ ਜਿਵੇਂ 30-35 ਹਜ਼ਾਰ ਜਿਹੜੇ ਸੀਗੇ ਇਹਨਾਂ ਨੂੰ ਬਾਰ-ਬਾਰ ਆਉਂਦੇ ਰਹਿੰਦੇ ਸੀ ਸਰ ਇਹ ਜਿਹੜਾ ਸਭ ਤੋਂ ਪਹਿਲਾਂ ਸਾਰੇ ਨਾਲ ਹੀ ਪੜੇ ਗਏ ਨੇ ਪਹਿਲਾਂ ਤੁਸੀਂ ਬਲੌਗ ਹੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ